तो थोड़े अंदर शादी करनी सारे सर उपरे दे बहुत मोटे ब्लैकआउट की तरह लुक लुक चारे हुए ऐसे करके मैं मेरी नहीं परवाह है मैं मेरी ना प्यार है मैं मेरी जरिए झूठी मैं मेरी बाहरली मैं मेरी अगली मैं मेरी आत्मा आत्मा ना संत प्यार नहीं और उधर अंदर फुट के निकल देखो ए मैं मेरी खुद कर रहे मैं जो ओ खुशबू बाहर निकले फिर तू 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 हो जाए तो उन गल असल ये है कि साड़ी प्यार जरा है प्रेम प्यार इतने प्रेम पर स्वप्न ना बने हुए हैं गुरु नानक का कारण प्रेम स्वप्न ना बने हुए हैं थोड़े अंदर है प्यार दे बल बल ना बने हैं और बड़े सुखों बल बल ना बने हैं इसका खुशबू बड़ी सुखम चीज है उस मिठास है ओदे खुशबू है ओदे च कुदरत है ओदे च सोपन हैगी ब्यूटी हैगी सब चीजा सारे गुण है इस तरह उस प्यार दे सब गुण है पर उसका महाराज अक्स बाहर आया थोड़ा जा कितना आया तो उस मारी रोशनी आती है ना रोशनी आती है ओ अच्छी रोशनी है पर ओ रोशनी बदरा च है तो मारी रोशनी आती है सूरज पीछे होंगे निकलेगी लाइट आएगी पावर आएगी जीवन आएगा जो सूरज चढ़ जाए थोड़े ये सारी चीजें आपे आपे होंगी ये लैन नहीं जानी है मुल लैन नहीं जानी है सिर्फ इतना ही है कि थोड़े अंदर सूरज हैगा कोई पर्दे बदल ला दियो बदल कर ये बदल ये खत बैठ दे ये गंदा दे ये मैं मेरी दे फिक्र चिंता दे ए काम को लोग हंकार दे ए बदल है इन लाई जाओ हौली हौली सूरज अंदर गुर शब्द गोबिंद ते गज पाएगा ते फिर रोशनी रोशनी फिर हो चुकी है उसका है फिर की अंदर उपजी की उपजी रीत प्रेम प्रेम आपे उपजेगा क्योंकि बारों का होना नहीं इतने उपजे लिखा है मैं इतने पॉइंट या इस पॉइंट पे होना ये बारों नहीं मिली मिल रहा कोशिश ना ली है कि तुझे इन मतलब बरस कर कि ठीक कर लूँ टन खा के तगड़े हो जाऊंगे पैसे जमा करके तो मिली ना अभी बारों तो कोई चीज नहीं ये तो उपजना अंदर उपजी प्रीत प्रेम नाल रस चाव ये सारी चीजें अंदर उपजनी है करो जी तो थोड़े अंदर पई है सिर्फ उन्हें उपजना है यानी प्रकट होना है खुदे होना ठीक है ना ये सौखी गल है पर औखी बड़ी है सौखी है ਤੁਹਾਨੂੰ ਯਕੀਨ ਆ ਗਿਆ ਕਿ ਤੁਹਾਡੇ ਅੰਦਰ ਉਹ ਸੋਮਾ ਹੈ ਗੁਰੂ ਨਾਨਕ ਬੈਠਾ ਉਸ ਤੁਹਾਡੇ ਨਿੱਜ ਘਰ ਹੈ ਤੁਸੀਂ ਆਪਣੇ ਘਰ ਚ ਬਾਹਰੋਂ ਨਿਕਲੇ ਘਰੋਂ ਆਪ ਨਿਕਲੇ ਹੋ ਆਪ ਉਹਨੇ ਨੀ ਗੁਰੂ ਨਾਨਕ ਨੇ ਕੱਟਿਆ ਤੁਸੀਂ ਬੇਮੁਖ ਹੋ ਕੇ ਕਰੋ ਆ ਰੁਸ ਕੇ ਮੁੰਡੇ ਅੱਜ ਕੱਲ੍ਹ ਕਨੇਡਾ ਵਿੱਚ ਕਹਿੰਦੇ ਰੁਸ ਕੇ ਨਿਕਲ ਜਾਣੇ ਚੌਥੇ ਦਿਨ ਪਤਾ ਹੀ ਮੈਨੂੰ ਸਵੇਰੇ ਜਾਣਗੇ ਸਕੂਲ ਮੁੜ ਕੇ ਨਹੀਂ ਆਉਂਦੇ ਮੁੰਡੇ ਕੁੜੀ ਇੱਥੋਂ ਦੀ ਮਾਂ ਬਾਪ ਦਾ ਕੀ ਕਸੂਰ ਫਿਰ ਅਸੀਂ ਆਪ ਬਾਹਰ ਨਿਕਲੇ ਹੋਏ ਬੱਚੇ ਪਸੂ ਜਿਹੜੇ ਗਿੱਜੇ ਹੁੰਦੇ ਨਾ ਉਹਦਾ ਮੂਰੇ ਮੂਰੇ ਤੁਰੇ ਜਾਂਦੇ ਆ ਮਗਰ ਮਗਰ ਉਹਦਾ ਚਰਾਹਾ ਤੁਰਿਆ ਜਾਂਦਾ ਹੈ ਤੇ ਵਿੱਚ ਨਵੇਂ ਨਵੇਂ ਆਉਂਦੇ ਨਾ ਤੇਰੇ ਵਰਗੇ ਅੱਖਾਂ ਵਾਵੇ ਉਹ ਛੜਾ ਮਾਰਨ ਵਾਵੇ ਉਹ ਫਿਰ ਨਾ ਉਹ ਕਦੇ ਇੱਧਰੋਂ ਭੱਜ ਰਿਹਾ ਹੈ ਕਦੇ ਇੱਧਰੋਂ ਭੱਜ ਰਿਹਾ ਉਹ ਕਦੇ ਇੱਧਰੋਂ ਮੋੜਦਾ ਹੈ ਇੱਧਰੋਂ ਮੋੜ ਕੇ ਲਿਆਉਂਦਾ ਫਿਰ ਅੱਖਾਂ ਵਾਵੇ ਪਰ ਬੈਨ ਕਾਤਲ ਕਰਦੇ ਹੋ ਫਿਰ ਪੰਜਾਬੀ ਵਾਹ ਯਾਰੀ
ਹੌਲੀ 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 ਨਾ ਫਿਰ ਉਹ ਉਹੀ ਜਿਹੜੇ ਭੱਜਣ ਵਾਲੇ ਹੁੰਦੇ ਨਾ ਜਿਹੜੇ ਡੰਡਾ ਲੱਗ ਲੈਂਦੇ ਰਹਿਣ ਤੇ ਪਰ ਉਹ ਜਿਹਾ ਮਾਲਕ ਹੁੰਦਾ ਨਾ ਉਹ ਦਰਿਆ ਹੋਏ ਫਿਰਦੇ ਮਨ ਭਰਦਾ ਤੇ ਫਿਰ ਹੌਲੀ ਹੌਲੀ ਡੰਡੇ ਪੈ ਪੈ ਕੇ ਉਹ ਫੀਲ ਹੋ ਜਾਂਦਾ ਆਪਾਂ ਕੀ ਕਰਦੇ ਨਾ ਫਿਰ ਇੱਕ ਲੱਤ ਪੇਸ਼ੀ ਮੂਹਰੇ ਸ਼ਾਮ ਨੂੰ ਮੁੜਦੇ ਤਾਈ ਹੌਲੀ ਹੌਲੀ ਉੱਥੇ ਮੈਂ ਦੇਖਿਆ ਕਈਆਂ ਨੂੰ ਇੱਕ ਮੁੜੀ ਲੱਤ ਪਿਛਲੀ ਲੱਤ ਬੰਨ ਦਿੰਦੇ ਭੱਜ ਨੀ ਹੌਲੀ 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 ਕਿਤੇ ਮਸਾਂ ਹੌਲੀ ਹੌਲੀ ਕਿਤੇ ਅਸੀਲ ਬਣਦਾ ਬਈ ਇਹ ਪ੍ਰੇਮ ਸੁਪਨਾ ਦਾ ਸਿੱਖ ਦਾ ਘਰ ਨਾਨਕ ਦਾ ਘਰ ਪ੍ਰੇਮ ਸੁਪਨਾ ਨਾ ਬਣਿਆ ਇੱਟਾਂ ਕਾਰੇ ਦਾ ਨਹੀਂ ਹੈ ਐਸ ਮੀ ਮਾਸ ਮੀਂਜ ਦਾ ਨਹੀਂ ਹੈ ਪ੍ਰੇਮ ਸੁਪਨਾ ਔਰ ਪ੍ਰੇਮ ਸੁਪਨਾ ਕੀ ਚੀਜ਼ ਹੈ ਕਿਸ ਬੁਲਾ ਰਹੇ ਨਾ ਹੋਏ ਇਹ ਸਤੀਸ ਦਾ ਮਾੜਾ ਜਿਹਾ ਨਾ ਸਵਾਦ ਜਿਉਂ ਜਦੋਂ ਦੇ ਅਸੀਂ ਆਏ ਹਾਂ ਥੋੜ੍ਹਾ ਜਿਹਾ ਸਵਾਦ ਚੱਖਿਆ ਹੈ ਮਾੜਾ ਜਿਹਾ ਹਲਕਾ ਜਿਹਾ ਕਿਉਂਕਿ ਥੋੜੇ ਜਿਹੇ ਸਵਾਦ ਚੱਖਿਆ ਨਾ ਇਹ ਪ੍ਰੇਮ ਸੁਪਨਾ ਹੈ ਨਾ ਇੰਨੀ ਜਾਣਾ ਤੁਹਾਨੂੰ ਇਕੱਠੇ ਕੀਤੀ ਮਿੱਠੀ ਹੈ ਠੀਕ ਹੈ ਨਾ ਹੁਣ ਇੱਥੇ ਵੀ ਇਹ ਪ੍ਰੇਮ ਸੁਪਨਾ ਦਾ ਇੱਕ ਵਾਯੂਮੰਡਲ ਬਣਿਆ ਆਹ ਵਾਯੂਮੰਡਲ ਜਿਹੜਾ ਹੈ ਇਹ ਗੁਰੂ ਨਾਨਕ ਦਾ ਘਰ ਹੈ ਇਹ ਨਿੱਜ ਘਰ ਹੈ ਮਿਲਦੇ ਗਿਲਦੇ ਰਹੋਗੇ ਇੱਥੇ ਪਿਆਰ ਵੱਧਦਾ ਜਾਏਗਾ ਤੇ ਫਿਰ ਗੁਰੂ ਨਾਨਕ ਤਾਂ ਪਹਿਲਾਂ ਹੀ ਹੈ ਫਿਰ ਪ੍ਰਗਟ ਹੋ ਜਾਣਾ ਫਿਰ ਤੁਹਾਨੂੰ ਫਿਰ ਕੁਛ ਨੀ ਪਤਾ ਬਸ ਇਹ ਤਾਂ ਕਿਉਂ ਦੁੱਖ ਲੱਗੇ ਤਾਂ ਦੂਜੇ ਸਮਾਨ ਲਈ ਜੋ ਮਾੜਾ ਸੱਟ ਲੱਗਦੀ ਤਾਂ ਮੰਮੀ ਮੰਮੀ ਪੁਕਾਰਦਾ ਠੀਕ ਹੈ ਵਿਆਹ ਦਾ ਫਿਕਰ ਨਾਮ ਪੜ੍ਹਦਾ ਥੋੜੇ ਲਈ ਬੈਠਾ ਉਹ ਤਾਂ ਆਪਣੀ ਸਾਰੀ ਜਾਇਦਾਦ ਉਹਦੀ ਸਾਰੀ ਜਾਇਦਾਦ ਤੁਹਾਡੀ ਸਪਨਾ ਦਾ ਉਹਦਾ ਇੱਕ ਨਮੂਨਾ ਮਾੜਾ ਜਿਹਾ ਸਵਾਦ ਚੱਖ ਲਿਆ ਚੱਖ ਰਹੇ ਇਹਨੂੰ ਵਧਾ ਵਧਾਇਓ ਘਟਾਇਓ ਨਾ ਬਰਿਆਰ ਨਾ ਬਣਦੇ ਮਨ ਇਹ ਕੋਟ ਇੱਟਾਂ ਦਾ ਨਹੀਂ ਇਹ ਪ੍ਰੇਮ ਸੁਪਨਾ ਬਣਿਆ ਹੋਇਆ ਕਿਆ ਕਿੱਥੋਂ ਲੱਭਦੇ ਨੇ ਮੈਨੂੰ ਬਹੁਤ ਪਿਆਰਾ ਲੱਗਦਾ ਪ੍ਰੇਮ ਸੁਪਨਾ ਜਦੋਂ ਤੁਸੀਂ ਆਪ ਪ੍ਰੇਮ ਵਿੱਚ ਆ ਗਏ ਨਾ ਤੁਹਾਡਾ ਆਪਣਾ ਹਿਰਦਾ ਨਿੱਜ ਘਰ ਬਣ ਜਾਏਗਾ ਸਾਰੇ ਨਿੱਜ ਘਰ ਬਣ ਜਾਂਦੇ ਤੁਹਾਡੇ ਅੰਦਰ ਨਿੱਜ ਘਰ ਪ੍ਰੇਮ ਸੁਪਨਾ ਦਾ ਬਣਿਆ ਕਿਉਂਕਿ ਪ੍ਰੇਮ ਸੁਪਨਾ ਹੈ ਉਪਜੇਗਾ ਯਾਦ ਰੱਖੋ ਅੰਦਰੋਂ ਉਪਜੇਗਾ ਸਤਿਗੁਰੂ ਨੇ ਸਰੀਰ ਦੇ ਸਾਰੇ ਸੁੱਖ ਆਪਣੇ ਸਿੱਖ ਨੂੰ ਬਖਸ਼ੇ ਤੇ ਹੁਕਮ ਕੀਤਾ ਕਿ ਦਮ ਬ੍ਰਹਮ ਮੇਰੀ ਯਾਦ ਵਿੱਚ ਰਹੋ ਯਾਦ ਵਿੱਚ ਜੀਓ ਇਹ ਮੈਲ ਕਿਸ ਤਰ੍ਹਾਂ ਲਏਗੀ ਇਹ ਅੰਦਰੋਂ ਖੁਸ਼ਬੂ ਫੁੱਲ ਦੇ ਅੰਦਰੋਂ ਨਿਕਲੀ ਨਾ ਬਾਹਰੋਂ ਤਾਂ ਨਹੀਂ ਆਈ ਅੰਦਰੋਂ ਨਿਕਲੀ ਹੈ ਤੇ ਉਹ ਕਿਵੇਂ ਕਦੋਂ ਉੱਠੀ ਜਦੋਂ ਅਸੀਂ ਦਮ ਬਦਮ ਉਹਦੀ ਯਾਦ ਵਿਚਾਂਗੇ ਸਾਨੂੰ ਗੁਰੂ ਨਾਨਕ ਸਾਨੂੰ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਕਰਦੀ ਹੁੰਦੀ ਹੈ